ਆ ਕੁਆਲਿਟੀ ਦੇਖ ਪਿੱਛੋਂ ਦਿਖਾ ਦੇ ਪਿੱਛੋਂ ਲੈ ਨਾ ਨਾ ਠੀਕ ਹੈ ਜੀ ਆਪਾਂ ਦੱਤ ਬਣਾਣੀ ਹੈ ਇੱਕ ਮੈਂ ਇਸ ਨਾਲ ਥੋੜੀ ਆਪਾਂ ਕਾਰੋਬਾਰ ਕਰਨਾ ਲੈ ਹੁਣ ਤੁਸੀਂ ਐਂ ਕਰਿਓ ਤਾਰ ਦੇਖਿਓ ਮੈਂ ਨਹੀਂ ਕਿੱਥੇ ਡਿੱਗਦੀ ਹੈ ਸੜਕ ਤੇ ਖੜ ਜਾ ਗੱਗੀ ਹੋਏ ਸੁਣਦੀ ਹੈ ਕਿ ਨਾ ਮੈਂ ਆਹ ਨਾਲੇ ਘਰ ਪੀਏ ਲੱਗ ਜਾਣਾ ਨਾਲੇ ਚੀਜ਼ ਨਾ ਵਧੀਆ ਮਿਲੇ ਫਿਰ ਬੰਦੇ ਦਾ ਯਾਰ ਬਾਲਾ ਮਨ ਦੁਖੀ ਹੋ ਜਾਂਦਾ दाना खवाउण दा कोई फायदा नहीं मैस रखो घटो घट 13-14 सेरी तो वध वध असल तां रखो 17-18 किलो मैं तां उही गल लगदा कहना कुमारी दा किसा ਆਪਦੇ ਨੂੰ ਭਾਂਡੇ ਨੂੰ ਬਈ ਸਰਾਉਂਦੀ ਆਉਂਦੀ ਹੈ ਤੁਸੀਂ ਤਾਂ ਖੜਕਾ ਕੇ ਆਪ ਦੇਖਣਾ ਹੈ ਹਾਂ ਹੈ ਉਹ ਰਹਿ ਜੇ ਅਸਲ 4 ਦਿਨ ਮੈਂ ਸੱਚ ਚੋਲਣਾ ਹਾਂ ਹਾਂ ਕੁਮਾਰੀ ਤਾਂ ਤੁਹਾਨੂੰ ਇਹੀ ਗੱਲ ਹੈ ਕੁਮਾਰੀ ਤਾਂ ਬਈ ਆਪਦੇ ਭਾਂਡੇ ਨੂੰ ਸਰਾਉਗੀ ਗੱਗੀ ਦਾ ਹੁਣ ਸਰਾਊਗਾ ਚੀਜ਼ ਤੁਹਾਡੇ ਸਾਹਮਣੇ ਆ ਜਾ ਦੇਖੀ ਆ ਭਰਤਾ ਖਾਲ ਵਾਲਾ ਵਾਲਟਾ ਸਾਡਾ ਵੀ ਦੇਖੋ ਨਾਮ ਬਣਦਾ ਇੱਥੇ ਜੇ ਕੋਈ ਮੱਝ ਕੀਤੀ ਹੈ ਇਹ ਪਤਾ ਕੀ ਚੀਜ਼ ਆ ਉਹੀ ਗੱਲ ਆਈ ਨਹੀਂ ਜੇ ਸਾਡੇ ਚੈਨਲ ਤੇ ਕੋਈ ਝੋਟੀ ਨਾ ਵਿਕੀ ਸਾਡਾ ਵੀ ਨਾਮ ਖਰਾਬ ਹੁੰਦਾ ਪਤਾ ਕੀ ਝੋਟੀ ਦੂਤ ਤੋਂ 20 ਕਿਲੋ ਦੇ ਗਈ ਆ ਪੌਣੇ 20 ਵੀ ਨਿੰਦੀ ਪਰ ਆਪਾਂ ਡਰਾ ਲੱਭਦੇ ਤੂੰ ਰੇਟ ਦੱਸ ਦੇ ਦਾ ਮੁੱਲ ਯਾਰ ਲੈ ਮਿੱਤਰ ਰੇਟ ਤਾਂ ਹੈਗਾ ਜਾਇਜ਼ ਬਾਕੀ ਹੁਣ ਹੈਗਾ ਸੋਡੇ ਸਾਰੇ ਆਪਾਂ ਕਈ ਵਾਰੀ ਆਪਾਂ ਬਕਾਈ ਨਹੀਂ ਮਾਰਦੇ ਯਾਰ ਚਲ ਹੋਰ ਛੱਡ ਦੀ ਯਾਰ ਨਹੀਂ ਉਹ ਤਾਂ ਕੋਈ ਗੱਲ ਨਹੀਂ ਯਾਰ ਸਿਰੇ ਵੀ ਨਹੀਂ ਜਾਇਜ਼ ਹੁੰਦਾ ਗੱਡੀ ਦਾ ਕਿਰਾਇਆ ਕਰੂਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਲੇਲ ਖੁਰਦ ਦਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਦਿਖਾਵਾਂਗੇ ਤੁਹਾਨੂੰ ਟੌਪ ਕਲਾਸ ਝੋਟੀਆਂ ਝੋਟੀਆਂ ਵੀ ਬਾਈ ਲਵੇ 6-7 ਨੇ ਕੱਲੀ ਕੱਲੀ ਦੇ ਦਰਸ਼ਨ ਕਰਵਾਵਾਂਗੇ ਵਿੱਚੋਂ ਇੱਕ ਦੋ ਝੋਟੀਆਂ ਆਪਾਂ ਨੂੰ ਚੋ ਕੇ ਵੀ ਦਿਖਾਵਾਂਗੇ ਤੁਹਾਨੂੰ ਕਿਉਂਕਿ ਫਿਰ ਸਾਰੀਆਂ ਦਾ ਵੀਡੀਓ ਥੋੜ੍ਹੀ ਲੰਬੀ ਹੋ ਜਾਂਦੀ ਹੈ ਇਸ ਕਰਕੇ ਮੁਸ਼ਕਲ ਆ ਜਾਂਦੀ ਹੈ ਅਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜਾਇਜ਼ ਰੇਟ ਦਵਾਵਾਂਗੇ ਜਿੰਨੀ ਕੋਸ਼ਿਸ਼ ਹੋ ਸਕੀ ਆਪਣੀ ਅਤੇ ਦੁੱਧ ਦੀ ਗਰੰਟੀ ਆਪਣੀ ਕਿ ਦੁੱਧ ਨੂੰ ਚੰਗੀਆਂ ਨਿਕਲਣਗੀਆਂ ਮੱਝਾਂ ਹਰਿਆਣੇ ਦੀਆਂ ਮੱਝਾਂ ਨੇ ਅਤੇ ਕਿਹੜੇ ਹੋਰ ਨੰਬਰ ਗੁੱਗੀ ਫਿਰ ਕਿਹੜੇ ਨੰਬਰ ਤੋਂ ਕਰੀਏ ਸ਼ੁਰੂ ਇੱਥੇ ਕਰ ਲਾ ਬਾਈ ਇਸੇ ਨੰਬਰ ਤੋਂ ਕਰੀਏ ਇੱਥੇ ਕਰ ਦੇ ਜਾ ਲੈ ਚਲਾ ਬਈ ਕਿਹੜਾ ਦੇਖੋ ਜੀ ਇੱਕ ਵਾਰੀ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਝੋਟੀ ਇੱਕ ਵਾਰੀ ਤੁਸੀਂ ਤੋੜ ਕੇ ਦਿਖਾ ਦਿੰਦੇ ਆ ਖਾਣ ਸਨਾਉਟ ਦੀ ਝੋਟੀ ਚੰਗੀ ਆ ਬਾਕੀ ਆਪਾਂ ਆ ਝੋਟੀ ਦਾ ਆਪਾਂ ਯਾਰ ਚਵਾਈ ਵੀ ਕਰਕੇ ਦਿਖਾ ਲਾਂਗੇ ਹੈ ਨਾ ਇਹਦੇ ਥੱਲੇ ਹੁਣ 15 ਕਿਲੋ ਦੁੱਧ ਤਿਆਰ ਹੈ जो बच्चा ला दिया फिर देखी झांजरा किल तमाना झांजरा पा दिया देख कद कुद पखो किसी पखो नहीं निकलती है झोटी पूरी एन 100 दी 100 है बाकी चवाई करा हाँ हाँ ना दूजे नंबर आला तौर कराने की मैं चो चू के बंदे कहती हाँ यार बंदे आ गए थे उन्होंने चोली दी 2-3 किलो चोली दी झोटी है ਚੰਡੀਗੜ੍ਹ ਦੇ ਮਤਲਬ ਵਧੀਆ ਦੇਖੋ ਬਈ ਆਹ ਦੇਖੋ ਬੈਸ਼ਮੀ ਹੈ ਪੂਰੀ ਪਿੱਛੋਂ ਦੇਖ ਕੋਈ ਬਾਕੀ ਕਈ ਵਾਰੀ ਫੋਨ ਵੀ ਕਰਦੇ ਨੇ ਉਹ ਏਰੀਏ ਦੇ ਆਹ ਦੇਖ ਆਹ ਆਹ ਚੀਜ਼ ਆ ਬਾਈ ਤੁਹਾਡੇ ਕੰਮ ਦੀ ਅਤੇ ਲੇਵੇ ਦੀ ਖੁੱਲ੍ਹੀ ਬੈਠਵੀਂ ਪਿੱਛੋਂ ਦੁੱਧੇ ਵੀ ਯਾਰ ਚੰਗਾ ਹੋਣਾ ਇਹਦੇ ਥੱਲੇ ਹੁਣ ਕਿੰਨਾ ਤਿਆਰ ਹੈ ਇਹਦੇ ਥੱਲੇ ਕੂਏ ਝੂਠ ਮਾਰਦੇ ਕੋਈ ਫਾਇਦਾ ਨਹੀਂ 12 ਕਿਲੋ ਬਹੁਤ ਹੈ ਦੁੱਧ 16 ਕਿਲੋ ਦੇ ਗਈ ਆ 12 ਕਿਲੋ ਮਤਲਬ ਕਿ ਸਟਾਰਟ ਹੋਈ ਆ 12 ਤੋਂ
ਸਰੀਰ ਦੀ ਚੰਗੀ ਆ ਭਲੀ ਹਾਂ 16 ਕਿਲੋ ਸਿੰਘ ਦੀ ਦਿਖਾ ਰਹੇ ਹੋ ਸਿੰਘ ਦੇਖੋ ਇਹਦਾ ਆ ਰਿੰਗਲੀ ਸਿੰਘ ਹੈ ਜਮੀ ਇਹ ਜਾਨੀ ਕਿ ਇਹਨਾਂ ਦਾ ਘਰੇ ਖੜਿਆ ਵੀ ਸੋਹਣਾ ਲੱਗਦਾ ਟਿੱਕੇ ਰੱਖ ਲੈ ਕਹਿੰਦਾ ਖੱਡੀ ਸੀਲ ਬਹੁਤ ਕਿਆ ਮੈਂ ਸਟੋਰ ਬਈ ਇਹ ਮੈਂ ਖੱਡੀ ਸੂਈਆ ਹੈ ਇਹ ਕੱਲ ਸੂਈਆ ਅੱਧਾ ਗੋਲਾ ਖੱਲੀ ਕਰਤੀ ਹੈ ਤਾਂ ਦੇਖੋ ਮੈਂ ਇਹਨੇ ਦੇਖੋ ਜੀ ਆ ਦੇਖੋ ਕੋੜਾ ਵੀ ਨਹੀਂ ਚੱਕਿਆ ਹੈਗਾ ਕੋੜਾ ਵੀ ਨਹੀਂ ਚੱਕਿਆ ਜੇ ਮੈਂ ਇਹਨੇ ਕੱਲ ਸੂਈਆ ਇਹ ਬਸ ਬਸ ਅੱਧਾ ਗੋਲਾ ਖੱਲੀ ਕਰਤੀ ਹੈ ਬਾਣੇ ਇਹਨੂੰ ਵੀ ਪੂਰਾ ਦੂਰਾ ਲੱਗਿਆ ਹੋਇਆ ਹੈ ਇੱਕ ਨੰਬਰ ਬੜਾ ਚੱਡਾ ਚੁੱਡਾ ਦਾ ਅੱਧਾ ਗੋਲਾ ਖੱਲੀ ਕਰਦੀ ਮਾੜੀ ਮੋਟੀ ਬਾਤੀ ਆ ਉੱਪਰਲੇ ਥਾਂ ਨੂੰ ਬਾਈ ਕਈ ਵਾਰੀ ਸਾਈਡ ਕੀ ਚੱਕ ਕਰਦੇ ਕੋਈ झूठ नी मारते भी बाई कही जा 14-15 किलो दूध बहुत ਇਹਦਾ ਰੇਟ ਰੂਟ ਇਹਦਾ ਕਰ ਪਹਿਲਾਂ ਇਹਦਾ ਫੇਰ ਕਰਾਂਗੇ ਉਹਨਾਂ ਦਾ ਤਾਂ ਸਹੀ ਆ ਦਾ ਵੀ ਸਹੀ ਆ ਜਿਹੜਾ ਆਪਾਂ ਪੈਸੇ ਲੈਣੇ ਨੇ ਆਪਾਂ ਨੇ ਜਮੀ ਜੈਸਨੋ ਹਾਂ ਜੈਸਨੋ ਬਈ ਇਹ ਲੱਖ ਰੁਪਏ ਮੈਂ ਦੇ ਦਾਂਗੇ 2000 ਛੋੜ ਲੈ ਅੱਜ ਤੱਕ ਗੱਗੀ ਨੇ ਵੀ ਜਮੀ ਮੈਨੂੰ ਤਾਂ ਇਹਦੀ ਮਾਂ ਗੱਗੀ ਕਿਤੇ ਵੀ ਸਵਾ ਸੁਬਾ ਨਾ ਮੰਗ ਲੈ ਲੱਖੇ ਕਹਿੰਦਾ 2000 ਛੋਟ 2000 ਛੋਟ ਵੀ ਕਰਦਾ ਕੋਈ ਨਾ ਇੱਕ ਨੰਬਰ ਦੀ ਝੋਟੀ ਹੈ ਦੁਬਾਰਾ ਮਾਰ ਦੇ ਉੱਪਰ ਦੁਬਾਰੇ ਵੀ ਤੋੜ ਦੇ ਨੂੰ ਦੁਬਾਰੇ ਤੋੜ ਦੇ ਬਈ ਲੈ ਜਿਹੜੀ ਆਪਾਂ ਨੂੰ ਭਾਵੇਂ ਮਿਲ ਗਈ ਬਈ ਭਾਵੇਂ ਦੇਵਾਂਗੇ ਅੱਗੇ ਹਾਂ ਹਾਂ ਲੈ ਚੰਗੀ ਆ ਯਾਰ ਜੀ ਇੱਕ ਨੰਬਰ ਦੀ ਝੋਟੀ ਆ ਇੱਕ ਨੰਬਰ ਦੀ ਬਾਕੀ ਰੇਟ ਕੀ ਹੈ ਇਹਦਾ ਦੂਜਾ ਸੁਆਹ ਦਾ ਥੋੜੀ ਜਿਹੀ ਟੁੱਟੀ ਖੜੀ ਤਾਂ ਵੀ ਜਾਪੇ ਹਾਂ ਜਾਪੇ ਜੇ ਕਿਹੜਾ ਪਸ਼ੂ ਦਾ ਹੋ ਜਾਂਦਾ ਕੰਮ ਸਰੀਰ ਦਾ ਹਾਂ ਮੋੜ ਦੇ ਬਾਈ ਤੋੜ ਦੇ ਲੰਬੀ ਤੋੜ ਦੇ ਸਰੀਰ ਦਾ ਦੇ ਕਰਨਾ ਚੰਗਾ ਇੱਕ ਕੋਈ ਗੱਲ ਨੀ ਤੇ ਬਾਕੀ ਤਿਆਰ ਹੋ ਗਈ ਨਾ ਝੋਟੀ ਫਿਰ ਤਾਂ ਬਾਹਲਾ ਤਕੜਾ ਸਿਸਟਮ ਬਣ ਜੂਗਾ ਤੁਸੀਂ ਲੇਵਾ ਦੇਖੋ ਸੂਲ ਨੂੰ ਟੱਚ ਕਰਦਾ ਜਾਂਦਾ ਅਜੇ ਬਾਕੀ ਝੋਟੀ ਦਾ ਬੋਲਾ ਚੋਇਆ ਹੋਇਆ ਤੁਸੀਂ 2 ਲੱਖ ਤਸੱਲੀ ਕਰਕੇ ਲੈ ਸਕਦੇ ਫੇਰ ਕਿਹੜਾ ਕੋਈ ਗੱਭਣਾ ਬਾਕੀ ਤੁਸੀਂ ਚੋਵੋਗੇ ਜੇ ਅੱਜ ਖਾਲੀ ਹੋ ਜੂ ਸਵੇਰੇ ਤੁਸੀਂ ਚੋ ਸਕਦੇ ਹੋ ਸ਼ਾਮ ਨੂੰ ਚੋ ਸਕਦੇ ਹੋ 2 ਡੰਗ ਤਸੱਲੀ ਕਰਕੇ ਖਰੀਦੋ ਕੋਈ ਚੱਕਰ ਨਹੀਂ ਹੈਗਾ ਹਾਂ ਬਾਕੀ ਗੱਗੀ ਦਾ ਤਾਂ ਉਹੀ ਕੰਮ ਖੁੱਲ੍ਹਾ ਰਹਿਣ ਰੂਣ ਨੂੰ ਕੋਈ ਚੱਕਰ ਨਹੀਂ ਗਾਹ ਗੂਹ ਪਾਉਂਦੇ ਜਾਂਦੇ ਰਹਿੰਦੇ ਨੇ ਮੱਝਾਂ ਦਾ ਕਿਉਂ 7-8 ਤਾਂ ਹਰ ਟਾਈਮ ਹੁੰਦੀਆਂ ਨੇ ਅਤੇ ਇਹਦਾ ਰੇਟ ਦੱਸ ਫਿਰ ਇਹਦਾ ਯਾਰ ਫੁੱਲ ਕੁਛ ਮਰਜ਼ੀ ਕਰਾ ਲਓ 1,30,000 ਕੀ ਝੋਟੀ ਦੇਵਾਂਗੇ ਆ ਦੁੱਧ ਦੇਗੀ 16 ਕਿਲੋ ਆ ਠੰਡਾ ਗਰਮ ਡੰਗਰ ਦਾ ਉਹੀ ਗੱਲ ਆ ਜਾਂਦੀ ਆ ਫੇਰ ਬਾਰ ਬਾਰ ਯਾਰ ਕਿੰਨਾ ਚਿਰ ਕਹੀ ਆ ਮੈਂ ਯਾਰ ਡੰਗਰ ਦਾ ਚਵਾਈ ਵੀ ਹੁੰਦਾ ਨੀ ਲੈ ਗੋਲਧਾਰ ਦੇਖ ਜੋ ਵੀ ਮੇਨ ਚੀਜ਼ ਬਾਈ ਡੰਗਰ ਦੀ ਤੁਸੀਂ ਵੀ ਡੰਗਰ ਖਰੀਦਦੇ ਹੋ ਕਈ ਵਾਰੀ ਚੱਲ ਜ਼ਰੂਰੀ ਨਹੀਂ ਆਪਾਂ ਡੰਗਰ ਖਰੀਦਦੇ ਰਹਿੰਦੇ ਹਾਂ ਡੰਗਰ ਨੂੰ ਉਹਦਾ ਕਹਿਣਾ ਕਹਿੰਦਾ ਬਲਦ ਨੂੰ ਜੋੜ ਕੇ ਅਤੇ ਡੰਗਰ ਨੂੰ 2 ਡੰਗ ਚਵਾਈ ਕਰਕੇ ਖਰੀਦੋ ਹਾਂ ਚਵਾਈ ਤਾਂ ਹੁੰਦਾ ਮੇਨ ਕੰਮ ਡੰਗਰ ਦਾ ਬਲਦ ਜੋੜ ਕੇ ਇਹੀ ਕਹਿੰਦੇ ਹੁੰਦੇ ਨੇ ਕਿਉਂਕਿ ਸਰੀਰ ਕੈਮਰਾ ਦੱਸੇਗੀ ਮੈਨੂੰ ਮੈਂ ਹੈਗਾ ਕੁਛ ਪਹਿਲਾਂ ਕਿਸੇ ਕੋਲ ਪਾਏ ਤੇ ਬੰਦੇ ਉਹਨਾਂ ਨੇ ਬੱਚਾ ਲਾ ਲਿਆ ਥੋੜ੍ਹਾ ਜਿਹਾ ਬਿਲਕੁਲ
ਦੁੱਧ ਪੱਤੇ ਹੋਣਾ ਮੈਂ ਤੁਹਾਨੂੰ ਦੱਸ ਗਿਆ ਬੰਦਾ ਨਾ ਉਹ ਕਈ ਕਈ ਦਾ ਮਾਮਾ ਨਹੀਂ ਆਉਂਦਾ ਹੈਗਾ ਫਿਰ ਕਿ ਪੰਦਰਾਂ ਦੇ ਜਾਊਗੀ ਪਰ ਇਹ ਬਈ ਜੇ ਬੰਦਾ ਸਾਂਭ ਕਰਨਾ ਉਹਨੇ ਸੋਲ੍ਹਾਂ ਦੇ ਜੀ ਅੱਛਾ ਜੀ ਸੀਲ ਲੈ ਕੇ ਨਹੀਂ ਆ ਤੂੰ ठीक कड़े बाकी गाड़ी देख लेने कि ਧਾਰ ਵਿੱਚ ਵਿੱਚ ਡੰਗਰ ਧਾਰ ਤੇ ਵਾਹਵਾ ਲੱਗੇ ਹੁੰਦੇ ਨੇ ਬਾਂਦਰਾਂ ਦੇ ਖਾਸ ਕਰਕੇ ਲੱਗ ਜੂਗੇ ਦੁੱਧ ਕਿਲੋ ਦੁੱਧ ਹੋਣਾ ਲੱਗਦਾ ਡੇਢ ਕਿਲੋ ਦੇ ਉੱਪਰੇ ਪਾਸ ਹੋ ਜਾਂਦੇ ਮੈਂ ਘੱਟਾ ਵੱਟ ਬਈ ਡੇਢ ਕਿਲੋ ਦੀ ਗਾੜੀ ਤਾਂ ਜ਼ਰੂਰ ਲਗੋਣੀ ਚਾਹੀਦੀ ਹੈ ਨਾ ਬਾਈ ਫੇਰੇ ਪਸ਼ੂ ਜਾ ਕੇ ਤੇਰਾ ਜਾ ਯਾ ਤਾਂ 2 2.5 ਕਿਲੋ ਦੀ ਗਾੜੀ ਮਾਰੇਗਾ ਜੇ ਸੂਈ ਤੇ ਤਿੰਨੇ ਤਰ੍ਹਾਂ ਦੀ ਤੇ ਕਈ ਵਾਰੀ ਦਿਖਾ ਦੇ ਮੜਾ ਦੁੱਧ ਦਿਖਾ ਦੇ पशु दा अपना लीटर तो डेढ़ लीटर तो उपर होना चाहिए अगले थणा दा दुद्ध मांगण दे थणा दे विच वाई खवाओ करन ਝੱਕੇ ਕਰਾ ਮਣਿਆ ਦੇ ਅੱਧੀ ਦਾ ਫਿਰ ਆਪਾਂ ਕਿਹੜਾ ਬਾਈ ਝੂਠ ਮਾਰਿਆ 12 ਕਿਲੋ ਦੁੱਧ ਦੇਗਾ ਬੋਆ ਪਿੱਛੇ ਦਿਨ 16 ਕੱਢ ਗਿਆ ਆਪਾਂ ਮਿਣਕੇ ਦੇ ਨਾਲ 16 ਹੈਪੀ ਕੋ ਲੱਗਦਾ ਤਾਂ ਨਹੀਂ ਮੈਂ ਦੁੱਧ ਕਰਦੀ 5-4 ਦਿਨ ਖਾ ਪੀ ਕੇ ਕਰੇ ਨਾ ਨਾ ਤਾਂ ਠੀਕ ਆ ਉਹ ਪੋਲੀਦਾਰ ਦੀ ਥੋੜੀ ਝੱਕ ਬਣ ਜਾਂਦੀ ਆਈਟਮ ਬਾਕੀ ਇਹ ਚ ਕੋਈ ਹੱਕ ਨਹੀਂ ਜੇ ਤਾਂ ਮੰਨਦੀ ਵੀ ਆ ਵਪਾਰੀਆਂ ਵਾਲੀ ਨਹੀਂ ਚੌੜੀ ਦੇ ਕੇ ਨਹੀਂ ਵਪਾਰੀਆਂ ਹੁਣ ਵਪਾਰੀਆਂ ਦਾ ਵੀ ਫਰਕ ਪੈ ਗਿਆ ਹੁਣ ਤਾਂ ਪਤਾ ਨਹੀਂ ਕੀ ਗੱਲ ਆ ਹਰੇਕ ਦੇ ਮੇਰੇ ਤੁਹਾਡੇ ਜਿਹੜੇ ਵੱਡੀਆਂ ਮੰਝਾਂ ਲੈਂਦੇ ਨੇ ਉਹਨਾਂ ਦਾ ਵੱਡੀਆਂ ਹੀ ਹੁੰਦੀਆਂ ਉਹਦਾ ਜਿਹੜੇ ਵਿਚਾਰੇ 4 ਕਿਲੋ ਵਾਲੀ ਮੈਸ ਲੈਂਦੇ ਨੇ ਮੇਰੇ ਵਰਗੇ ਉਹਦੇ ਹੁੰਦਾ ਹੈ ਪੀੜੇ ਥੱਲੇ ਵਾਲੀ ਦਵਾਈ ਜਬੂਈ ਦਾ ਹੁੰਦਾ ਬਾਈ ਮੇਨ ਕੰਮ ਬਾਈ ਬਾਂਦਰ ਕੀ ਮੈਸ ਮਾੜੀ ਨਿਕਲਦੀ ਹੋਣੀ ਦੇਸੀ ਜੋ ਕਵਾਵਾਂ ਬਾਕੀ ਤੁਸੀਂ 2 ਡੰਗ ਤਸੱਲੀ ਕਰ ਸਕਦੇ ਹੋ ਜੀ ਜੇ ਤੁਸੀਂ ਤੇ ਭਾ ਲਾਉਣਾ ਕੋਈ ਚੱਕਰ ਨਹੀਂ ਭਾ ਨਾਲ ਤਾਂ ਮਿਲਣੀ ਹੈ ਕਿਹੜਾ साफ सुथरा काम करांगे कि फिर अगे भी विश्वास बनता है ਝੋਟੀ ਓਹਦਾ ਤੂੰ ਐ ਕਰੀ ਫੋਨ ਤੇ ਟੁੱਟਣ ਨਹੀਂ ਦੇਣਾ ਤੇਰਾ ਬਾਕੀ ਡੰਗਰ ਸਾਰੇ ਚੰਗੇ ਨੇ ਬਾਈ ਕਿਲੋ ਕ ਰਹਿ ਗਿਆ ਬੱਚੇ ਨੂੰ ਚੂਹਾ ਛੱਡ ਦੇ ਹੋਰ ਲੈ ਬਾਲਟੀ ਸਿਰੇ ਲਾਦੀ ਮਿੱਤਰੋ ਦੇਖ ਲਓ 6 ਵਜੇ ਵੀਡੀਓ ਬਣਾ ਰਹੇ ਹਾਂ ਬਾਈ ਆਪਾਂ
ਕੋਈ ਜੇ ਆਪਾਂ ਤੁਹਾਨੂੰ ਕਹੀਏ ਵੀ 3 ਵਜੇ ਬਣਾ ਰਹੇ ਆ ਜਾਂ 2 ਵਜੇ ਬਣਾ ਰਹੇ ਆ 6 ਵਜ ਰਹੇ ਨੇ 1.5 ਕਿਲੋ ਦੁੱਧ ਰਹਿ ਗਿਆ ਜਿਹੜੀ ਚੀਜ਼ ਹੈ ਉਹ ਕਹਾਂਗੇ ਬੱਚੇ ਨੂੰ ਦੁੱਧ ਛੱਡਤਾ ਕਿਲੋ ਕੁ ਦੁੱਧ ਚੱਲ 1.5 ਕਿਲੋ ਕੁ ਚੁੰਗ ਲੂਗਾ ਬਾਕੀ ਆਹ ਦੁੱਧ ਹੈ ਬਾਕੀ ਬਾਈ ਕਹਿੰਦਾ 12-13 ਲੀਟਰ ਦੁੱਧ 6 ਲੀਟਰ ਦਾ ਇਹ ਹੈਗਾ ਹੈ ਹਾਂ ਹਾਂ ਜੱਗ ਨੂੰ ਤਾਂ 8 ਵਾਰ ਜਾਂਗੇ 6 ਆਪਾਂ ਮੰਨ 12-13 ਲੀਟਰ ਦੁੱਧ ਖੁੱਲਾ ਮੈਂ ਥੱਲੇ ਹੁਣ ਬੋਲੀ ਹੈ 3 ਦਿਨਾਂ ਦਾ ਸ਼ੂ ਥੱਲੇ ਤੇ ਬਾਕੀ ਤੁਸੀਂ 2 ਡੰਗ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਤੇ ਜਿਹੜਾ ਕਰਦਾ ਦੇਖੀ ਆ ਦੇਖ ਲੈ ਅੱਛਾ ਕੱਟੀ ਆ ਲਈ ਨਾੜੂਆ ਇਹ ਤੋੜਿਆ ਨਹੀਂ ਹੈਗਾ ਬੱਚੇ ਨੇ ਬਾਕੀ ਰੇਟ ਜਿੱਦਾ ਥੋੜਾ ਘਣਾ ਹੋਰ ਹੋ ਜਾ ਨਵਰਾ ਪਰਾਂ ਕਿਉਂ ਵਪਾਰੀਆਂ ਦਾ ਇਹੋ ਜੀ ਕੰਮ ਹੁੰਦਾ ਇਹਦਾ ਰੇਟ ਕੀ ਕਰਿਆ ਦੀ ਕੱਕੀ 1,30,000 ਡਿਮਾਂਡ ਹੈ ਇਹਦੀ ਚੰਡੀਗੜ੍ਹ ਦੇ ਕੰਮ ਦੀ ਹੈ ਬੈਟਮੀ ਝੋਟੀ ਹੈ ਹੋਰ ਕੋਈ ਮਾਨਤਾਨ ਦੱਸਦੇ ਜੋ ਮਾਨਤਾਨ ਕਰ ਦਾਂਗੇ ਕੋਲੇ ਬਈ ਝੋਟੀ 2 ਲੱਖ ਦੀ ਹੈ ਅੱਛਾ ਆਪਾਂ ਨੂੰ ਪਹਿਲੀ ਮਤਲਬ ਕਿ ਦੇਖ ਕੇ ਰੁਪਏ ਮੰਗਦੇ ਆ ਅੱਛਾ ਬਾਕੀ ਗਾਕਾਂ ਨੂੰ ਪਸੰਦ ਆਵੇਗੀ ਐਸੀ ਗੱਲ ਨਹੀਂ ਨਾ ਨਾ ਉਸ ਲੱਖੀ ਸਿੰਘ ਦਿਖਾ ਦੇ ਕੀ ਹਾਂ ਸਾਰੀ ਠੀਕ ਹੋ ਗਿਆ ਘਰੇ ਖੜੀ ਵੀ ਜੱਜੂ ਜੀ ਆ ਪਿੱਠਣੀ ਐਡੀ ਮਿਲਦੀ ਨਾ ਨਾ ਠੀਕ ਹੈ ਸਿੰਘਾ ਇੱਧਰ ਕਰਕੇ ਦਿਖਾ ਦੇ ਸ਼ਕੀਨ ਬਹੁਤਾ ਹਸ਼ਿਆਰਪੁਰ ਦੇ ਕੰਮ ਦੀ ਆ ਜਵਾਈ ਦਾ ਇੱਕ ਦਾ ਰਾਜਸਥਾਨ ਚੋਂ ਫੋਨ ਆਇਆ ਸੀ ਕਹਿੰਦਾ ਸਿੰਘ ਆਪਣੇ ਹਸ਼ਿਆਰਪੁਰ ਵਾਲਾ ਲੈਣਾ ਦੇਖ ਬਾਈ ਓਏ ਆ ਤੇਰੇ ਕੰਮ ਦਾ ਸਿੰਘ ਹੈ ਇਹਦਾ ਬੱਲੀ ਦਾ ਹੈ ਕੀ ਬੱਚਾ ਲੈ ਮਿੱਤਰੋ ਹੁਣ ਸਾਨੂੰ ਆਹ ਝੋਟੀ ਆਪਾਂ ਚਵਾਈ ਕਰਕੇ ਦਿਖਾਉਂਦੇ ਆ ਇਹਦਾ ਥਣ ਵੀ ਇਹਦਾ ਵੀ ਬਾਲਾ ਸਿਰਾ ਲੱਗਿਆ ਹੋਇਆ ਕੰਮ ਗੱਗੀ ਲਾ ਪਾਰਟੀ ਹੋ ਗਈ ਤੇਰੇ ਕਿੰਨੀ ਇਹਦਾ ਵੀਡੀਓ ਅਪਲੋਡ ਕਰਦੀ ਤੇਰੇ 3 ਡੰਗਰ ਬਾਕੀ ਦਾ ਬਾਈ ਇੱਕ ਥੱਲੇ 17 ਕਿਲੋ ਦੁੱਧ ਹੋਣਾ ਆਪਾਂ 14 ਕਹਿ ਕੇ ਦੇਵਾਂਗੇ ਨਾ ਨਾ ਵੀ ਅਗਲੇ ਗਾਹਕ ਨੂੰ ਖੁਸ਼ ਕਰੇ ਜਾ ਕੇ ਨਾ ਅੱਜ ਤੇਰੇ ਲਵੇ ਮਾਲ ਚੰਗਾ ਪਰਸੋਂ ਮੈਂ ਤੇਰੇ ਲਵੇ ਤਾਂ ਹੀ ਨਹੀਂ ਆਇਆ ਉਹ ਮੰਡੀਆਂ ਤੋਂ ਮੁੜੀਆਂ ਹੋਈਆਂ ਦੀਆਂ ਬਾਈ ਮੰਝਾਂ ਉਹ ਬਾਗ ਤੋਂ ਉਹਦਾ ਵੀਡੀਓ ਬਾਈ ਸਾਰੀਆਂ ਹਾਂ ਉਹ ਵੀ ਆਪਣੇ ਉਹ ਵੀਡੀਓ ਮੰਡੀ 'ਚ ਕਰੀ ਦੀਗੀ ਮੰਡੀ 'ਚ ਮੁੜੀ ਹੋਈ ਮੈਂ ਦਾ ਵੀਡ ਚੋਣ ਦਾ ਸਵਾਦ ਹੀ ਨਹੀਂ ਆਉਂਦਾ ਇੱਕ ਦੋ ਦਿਨ ਮੰਝਾਂ ਦੁੱਧ ਤੇ ਨਹੀਂ ਵਾਲੇ ਬਾਈਆਂ ਨੂੰ ਵਿੱਚ ਦੇਖਣਗੇ ਉਹ ਵੀਡੀਓ ਹੁਣ ਇਹ ਝੋਟੀ ਅੜਕੀ ਚੋਈ ਹੋਈ ਹੈ 4 ਵਜੇ ਹੁਣ 6 ਵਜ ਗਏ 2 ਘੰਟੇ ਉੱਤੇ ਦੀ ਲੰਘੇ 2 ਘੰਟੇ ਵੱਧ ਹੋ ਗਏ ਆਪਾਂ ਕਹਿ ਕੇ ਦੇਾਂਗੇ ਯਾਰ ਇਹ ਵੀ ਗੱਲ ਦੇਖ ਲਓ ਬਾਈ ਯਾਰ ਸਵਾਰੀ ਨਹੀਂ ਕਈ ਵਾਰੀ ਦੇਖਿਆ ਅਗਲਾ ਕਹਿੰਦਾ ਸਾ ਹੋਈ ਗੱਲ ਹੈ ਇਹ ਕਹਿੰਦਾ ਵੀ 4 ਵਜੇ ਸਵੇਰੇ ਚੋਈ ਹੋਈ ਹੈ 4 ਵਜੇ ਹੁਣ 6 ਵਜ ਗਏ ਬਾਈ 14 ਘੰਟੇ ਹੋ ਗਏ ਹੁਣ ਨਹੀਂ ਮੈਂ ਤੈਨੂੰ 4 ਵਜੇ ਬੁਲਾਉਂਦਾ ਤੂੰ ਦੇਖ ਹੁਣ ਲੀਟਰ 2 ਲੀਟਰ ਕੱਟੇ ਮੰਨਿਓ ਆਪਦਾ ਜਿੰਨਾ ਕੱਟਣੇ ਹਾਂ ਦਿਖਾਈ ਮੜਾ ਜਾ ਹਾਂ ਹਾਂ ਤੋੜ ਦੇ ਇਹਨੂੰ ਨਾ ਫਟੀ ਚੋਲੋ ਤੋੜ ਨਹੀਂ ਤੋ ਕੋਈ ਟੈਨਸ਼ਨ ਪਿੱਛੋਂ ਦਿਖਾ ਦੇ ਇੱਕ ਵਾਰੀ ਦੇਖੀ ਥਾਨ ਦੇਖੋ ਮੈਂ ਨਾ ਦੇਖੀ ਆ ਚੀਜ਼ਾਂ ਬਾਈ ਦੇਖੋ ਆ ਚੀਜ਼ ਗਾਕ ਪਸੰਦ ਕਰਦਾ ਦੇਖੋ ਆ ਲੈ ਇਹ ਕੀ ਕੁਆਲਿਟੀ ਹੈ ਹਾਂ ਆ ਕੁਆਲਿਟੀ ਦੇਖ ਪਿੱਛੋਂ ਦਿਖਾ ਦੇ ਪਿੱਛੋਂ ਲੈ ਬਾਲ ਪੂਰੀ ਨੇ ਗੁਆ ਕਰਦੀ ਹੈ ਸਾਫ ਕਰੀ ਮੋਟਰ ਚਲਾ ਕੇ ਨਾਲੇ ਬੱਚਾ ਨਾ ਚੁੰਮ ਜੇ ਤਾਂ ਹੈਪੀ ਦੇਖ ਬੜਾ ਸਵਾਦ ਲੈ ਕੇ ਇਹਦਾ ਨਜ਼ਾਰੇ ਦੇ ਦੂ ਯਾਰ ਹੈਨਾ ਬਾਲਟੀ ਦਿਖਾ ਦੇ ਨਾਲੇ ਬਾਈਆਂ ਨੂੰ ਵੀ ਕਿਹੜੀ ਬਣਾਉਂ ਖਾਲੀ ਕਰਕੇ ਬਾਲਟੀ ਦਿਖਾਵਾਂਗੇ ਨਾ ਯਾਰ ਦਿਖਾ ਦੇ 4 ਵਜੇ ਦੀ ਚੋਈ ਹੋਈ ਹੈ ਸਵੇਰੇ ਤੇ ਹੁਣ 6 ਵੱਜ ਗਏ 2 ਘੰਟੇ ਉੱਪਰ ਦੀ ਟੱਪ ਗਏ ਉਹ ਆਪਾਂ ਜਿਹੜੀ ਚੀਜ਼ ਆ ਉਹ ਜ਼ਰੂਰ ਦੱਸਾਂਗੇ ਤੁਹਾਨੂੰ ਕਿਉਂ ਆਪਾਂ ਪਹਿਲਾਂ ਵੀ ਬਈ ਅਗਲੇ ਨੂੰ ਕਹਿ ਦਿੰਦੇ ਆ ਵੀ ਜਿਹੜੀ ਚੀਜ਼ ਆ ਉਹੀ ਕਹੀ ਬਈ ਕਿੰਨਾ ਦੁੱਧ ਤਿਆਰ ਹੈ ਕਿ ਉਹ ਬਈ ਦੁੱਧ ਤਾਂ 16 ਕਿਲੋ ਨਾ ਆਪਾਂ 14 ਕਹਿ ਕੇ ਦੇਾਂਗੇ ਆਪਾਂ ਲੰਬੇ ਤੋਂ ਬਾਹਰ ਦਾ ਨਾ ਹੈਪੀ ਨਾ ਨਾ ਠੀਕ ਹੈ ਜੀ ਆਪਾਂ ਗਾਹਕ ਬਣਾਣੀ ਹੈ ਇੱਕ ਮਹੀਨੇ ਨਾਲ ਥੋੜੀ ਆਪਾਂ ਕਾਰੋਬਾਰ ਕਰਨਾ ਹੈ ਲੈ ਹੁਣ ਤੁਸੀਂ ਐਂ ਕਰਿਓ ਤਾਰ ਦੇਖਿਓ ਮੈਂ ਨਹੀਂ ਕਿੱਥੇ ਡਿੱਗਦੀ ਆ ਸੜਕ ਤੇ ਖੜ ਜਾ ਗੱਗੀ ਹੋਏ ਸੁਣਦੀ ਆ ਕਿ ਨਾ ਮੈਂ ਤਾਂ ਰੋਜ਼ ਹੀ ਸੁਣਾਉਂ ਲੈ ਇੱਕ ਕਦੇ ਵੀ ਤੁਸੀਂ ਡੰਗਰ ਦੀ ਚਵਾਈ ਕਰਦੇ ਹੋ ਬਈ ਐਸ ਲੁੱਟ ਤੇ ਕਿਆ ਅੰਗੂਠੇ ਨਾਲ ਨਾ ਕਰਿਆ ਕਰੋ ਐਵੇਂ ਦਾ ਐਵੇਂ ਸੁਭਾਅ ਪਾਓ ਜੇ ਕਿਸੇ ਨੂੰ ਹੈ ਨਹੀਂ ਸੁਭਾਅ ਐਵੇਂ ਮੁੱਠੀ ਨਾਲੇ ਚਵਾਈ ਵੱਜਦੇ ਛੇ ਦੀ ਨਾਲੇ ਛੇ ਦੀ ਧਾਰ ਨਿਕਲਦੀ ਇਹ ਹੈ ਕੀ ਸਵਾਦ ਨਿਆਰੇ ਬਈ ਨਿਆਰੇ ਹਾਂ ਦੇਖਦੇ ਲੋ ਰੂਹ ਖੁਸ਼ ਕਰ ਦੋ ਬਈ ਕਿਹੜਾ ਰੁਪਈਏ ਲੱਗੀ ਕੇ ਡੰਗਰ ਦੇ ਨਾ ਅਸਲ ਨਾਲੇ ਤਾਂ ਰੁਪਈਏ ਲੱਗ ਜਾਣ ਨਾਲੇ ਚੀਜ਼ ਨਾ ਵਧੀਆ ਮਿਲੇ ਫਿਰ ਬੰਦੇ ਦਾ ਯਾਰ ਬਾਲਾ ਮਨ ਦੁਖੀ ਹੋ ਜਾਂਦਾ ਤੂੰ ਤੁਸੀਂ ਦੇਖ ਲਓ 1.25 ਲੱਖ 1.5 ਲੱਖ ਭਾਅ ਲਾਉਂਦੇ ਹੋ ਤੇ ਡੰਗਰ ਮਾੜਾ ਵਗ ਜੇ ਬਈ ਵੀ ਆਪ ਸਾਹਿਬ ਲਾ ਲਓ ਵੀ ਕਿੰਨੀ ਆਤਮਾ ਦੁਖੀ ਹੋ ਗਈ ਪੈਸੇ ਲਾ ਕੇ ਵੀ ਨਾ ਚੀਜ਼ ਚੰਗੀ ਮਿਲੇ ਹੈ अगले दिन दिखावांगे पूरा भाई तेन दस देना तेरे की होगी पार्टी गई मईया तेरी कल ਜੋਟੀ ਇੱਕ ਨੰਬਰ ਕੀ ਹੈ ਬਾਈ ਮੈਂ ਚਾਹੂ ਨਾ ਨਾ ਪੋਲੀ ਘਰ ਆ ਜਾ ਦਰ ਦੇ ਦੇ ਇੱਕ ਬੜੀ ਵੀ ਜਮੇ ਸੰਗ ਜਿਹੜੇ ਗਿਆ ਕਰ
मित्रों अज फिर कहने इस वीडियो हरेक च कहने भी वीर बने ना वीडियो जो अपलोड हो जाती है भाई घोल ना करे करो फिर देख लो बुरी मज बेची थी फूल गगी फूल नी वीडियो बनाई थी परसों ओह भाई ने 1,30,000 मुल करा थी ते एक ती एक पैंती जी लै गया कोई बंदा देख लै 5,000 फालतू दे के ते ओनू हुण 1.5 लाख दे जांदे ने हुण जेहड़े इह गग्गी मुल करूगा भाई आपदा रेट अड़के जेहड़ा कोई करना है बाद च भाई नफा करन दा कोई फायदा नहीं कई वारी अगला बेचता नहीं हुंदा घरे रखणे हुंदे आ ना बाकी यह डंगर हैगी दुद्ध आले ने भाई सारे आ जाओ टीदा सानू धार मारन की लोड़ भी नहीं थले बैठने की चबाई तो इन्नी सुविधा यार लाड़ी भाई सवा 2 किलो की होनी चाहिए होनी भाई ਜਿਹੀ ਜੀ ਦਾ ਸੁਨੇਹਾ ਚੋਈ ਹੋਈ ਹੋਇਆ 3 ਕਿਲੋ ਬਾਲਟਾ ਵੀ ਦੇਖ ਲਓ ਗਰੀਸ ਵਾਲਾ ਹੈ ਵੱਡਾ ਮਗਲੈਲ ਵਾਲਾ ਮਗਲੈਲ ਵਾਲਾ ਬਾਲਟਾ ਲੈ ਦੇਖ ਓਏ ਇਹ ਸਵਾਦ ਆ ਕਮਾਲ ਆ ਬਈ ਇਹ ਆ ਜਵਾਈ ਨੂੰ ਦਰਸਦੇ ਨੇ ਲੋਕ ਜਵਾਈ ਦੂਜੀ ਹੋ ਜੋ ਟੀਵੀ 1 ਨੰਬਰ ਆ ਬਈ ਉਹੀ 20 ਰੁਪਏ ਲੱਗਦੇ ਹੈਗੇ ਚੀਜ਼ ਤੇ ਬਈ ਆ ਚੀਜ਼ਾਂ ਤੇ ਲੱਗਦੇ ਨੇ ਰੁਪਏ ਮੈਂ ਜੀ ਡੰਗਰ ਦੀ ਤੁਸੀਂ ਡੰਗਰ ਖਰੀਦਦੇ ਹੋ देख लो ना ओरी गल करदा बूरी वाली दी उहनूं लै हुण 15,000 रुपया नफा लाई जांदे ने 20,000 ओह कहिंदा मैं बेचदा नहीं बूरी इन्ना की नहीं करदी रती लै मैं चोदू ना ना चोदू तू मरी है ओक दई बालटा कर्ती कमाल जांदी है बालटा रगड़ी है तू इस तरह ही मैं 10 लाईयां ना दूध ते ने आउणा भी मुंडा पुलिस में भर्ती हो गया रखो 13-14 सेरी तो वध असल तां रखो 17-18 किलो चल 12 तो घट जमी भी ना हो यार 12 तो घट तो चाहिंदी चाहिंदा नहीं जमी फिर जाके 2 रुपये मैं बचाउंदी है बाकी भाई 7-8 किलो वाली 2-3 किलो कट्टर चुंग जाता मांगर का फिर के पाइया बाल्टी ना लग जाता मांगर का रही नहीं है कुछ इसके बच्चे मत रह गए पीता जा कोर पर ना चंगी नहीं है मैं तो वही गल लगा गाना कुमारी का कहना आप दिन भांडे भाई सराउंदी होंदी है तो इसका खड़का के आप देख रहे हैं हाँ कुमारी तो सू यही गल है कुमारी तो भाई आपके भांडे सराहूगी गुगी तो हम सराहूगा चीज थोड़े सामने आजू आया सारिया चोन च टॉप क्वालिटी दी अपनी खरीदे कट दी बच्चे थोड़ा गाने चक्कर कट्टी पलजे उसने जग होर फट दिया ओके आ ले बच्चे नु हरी भी जा दे छाड़ दे यार कोई बात भूख लग रही है कल भी बत रह गया देखिए आ भरता खाल वाला बालटा मिलने ने मिलना तो 2 घंटे ओवर है अगला कहदे गल मिलया गया यार हैप्पी मिलना मिल लो मिलनु तो हुण दा भाई ये बाल्टी च 10 11 लीटर 12 लीटर दूध होऊगा क्योंकि 2 घंटे ओवर ने ਤਾਂ ਕਰਕੇ ਲੀਟਰ ਮਾਰਨ ਦਾ ਕੋਈ ਫਾਇਦਾ ਨਹੀਂ ਤੇ ਸਵੇਰੀ 4 ਵਜੇ ਚੋਈ ਹੋਈ ਹੈ ਹੁਣ ਵੱਜ ਗਏ 6 ਆਪਾਂ ਯਾਰ 14 ਕਿਲੋ ਘਾ ਦੂਧ ਤੋਂ 17 ਕਿਲੋ ਹੈ ਮੈਂ ਥੱਲੇ ਹਾਂ ਹਾਂ ਹੈਗਾ 16 ਬੱਚੇ ਨੂੰ ਬਈ ਮੋਕ ਲਾ ਕੇ ਬਾਲਾ ਦੂਧ ਹੈ ਝੋਟੀ ਥੱਲੇ ਨਾ ਨਾ ਠੀਕ ਹੈ ਮਿਲਣਾ ਮਿਲ ਲੋ ਨਾ ਨਾ ਮਿਲ ਲੋ ਕੀ ਹੈ ਲੀਟਰ ਦਾ ਪਤਾ ਕੀ ਚੀਜ਼ ਹੈ ਮਿਲ ਵੀ ਲੈਂਦੇ ਉਹਦਾ ਮਿਲਣ ਦਾ ਹੁਣ ਤਾਂ ਯਾਰ ਆਪਾਂ ਪਹਿਲੀ 2-3 ਕਿਲੋ ਘੱਟ ਦੱਸ ਲੈ ਹੁਣ ਤਾਂ ਇਹ 10 11 ਉਹਦੀ ਘੜ ਜਾ 1 ਮਿੰਟ ਹੁਣ ਤਾਂ ਇਹ 10 11 ਲੀਟਰ ਭਰ ਦੂਗੀ ਲੀਟਰ ਮਾਰ ਦੋ ਜੇ 10 ਲੀਟਰ ਤੋਂ ਉੱਪਰ ਉੱਪਰ ਨੇ ਕਿਉਂਕਿ ਬਾਲਟਾ ਡਬਲ ਹੈ
बाकी जी सवेरी 4 बजे चोई हुई है, हम 6 बज गए करके लीटर 2 लीटर बच जाना। बाकी का की कहना 16 लीटर दुध ठंडा 14-15 गेके देवे 15 दूजा होगी तो किन्ने की होगी ये जमी लास्ट अपने देखा अपने एक अपना गाहक बना साडा भी देखो नौ बनता है जे कोई मज ये पता की चीजा उही गल आ जाए जे साडे चैनल ते कोई झोटी ना बिकी साडा भी नौ खराब होंगे पता की झोटी दूध तो 20 किलो देगी पौने भी दिंदी पर आप डरा लाभे तो रेट दस दे मुल यार जो मंडिया चल दी फिर तो झोटी बहुत रुपया नहीं आप झोटी देंगे 1,35,000 नहीं मित्र रेट तो है जायज बाकी हूँ है सोडे सारे कई बार बकाई नहीं मारते चल होर छड़ दी यार नहीं तो कोई गल नहीं यार सिरे भी नहीं जाया जाता गड्डी का किराया करूया आप भाई 14 किलो दूध कह भी तैयार है दुध 16-17 होना देख लो जे 4-2 घंटे ना भी किलो घट दे गड्डी का किराया करूया छड़ा लागे कोई गल नहीं मित्रो पहुंच पुंच दे आप बाकी झोटी की चोन चबाई की गल भाई मेरे से छड़ दो दुध तुम दो नंग तसली कर लियो चोन चबाई जी गल है कोई थान घट वध हो कोई सरला छिट्टा कोई चवाई चो तुम 10 व्यापारियों तो चवा दियो जे चवाई च किसी ने नुक्स कर दो तो झोटी दिखा दी देखो किसी पास झोटी हाथ नहीं धराउंदी सिंग दी देख लो बल जरूर है मत्थे च एक खल गल होर देखो खासियत नहीं कोई रंग रुंग ला आंदा बई बिल्कुल कोई रंग रुंग नहीं लाया है जिहड़ी चीज हैगी है वह हैगी है वो कम अपने ठगी वाला कम करवाना नहीं है देख लेकिन आ चीज रखा देख लो ए चमकदियां ने पिंडे चुंग लैन दे बच्चे ने ₹1,00,000 कर बाकी मूड ते गग्गी दा कोई गल नहीं होर भी छड़वा दांगे ₹2,000 2,000 कमाई जाओ गाह करी जाओ गुड़के ना बढ़ो गुड़का ना बढ़ो जब मुर्गी मारती देखला अंडे अंडे खा लो मुर्गी मारने वाला काम ना करो अंडे अंडे खवावे इन्हों कि मंडी जाने की लड़ नहीं घरी बेच देंगे माल ना तार तूर देख कर बाकी दो डंगा के तसली कर जो अज खाली हो जूगी हूं खाली वर्गी है बोला पहला 2 किलो पलिया दी पिछे जेल पलिया दी खाली कर दी पीली जमा चल चल भी कद भी देख लो जी देखो मोडा मोडा डप दी अपना प्योर मूड है प्योर पिछों देखे तुरदी में
ਬਾਲਾ ਤਕੜਾ ਲੈ ਗੱਬਣ ਦੇਖ ਲੋ ਸਾਫ ਸੁਥਰੀ ਜਮੀ ਕੋਈ ਸਾਈਡ ਨਹੀਂ ਸੁਵੀ ਸੁਣੀ ਹੈ दर्शकों ਜਿਹੜੀ ਛਾਤੀ ਵੱਡੀ ਹੁੰਦੀ ਆ ਬਾਈ ਉਹ ਵੀ ਕਈ ਵਾਰੀ ਕੱਟੂ ਨਿਕਲ ਜਾਂਦੀ ਆ ਬਾਈ ਮੋਟੜ ਮੈਂ ਹੁੰਦੀ ਆ ਬਰੀਕ ਕਰਦਾਂ ਦੇਖ ਹਾਂ ਗੁੱਲੇ ਵਾਲੀ ਦਾ ਕਹਿੰਦੇ ਨੇ ਮਗਰੋਂ ਹੈ ਨਾ ਕਦੇ ਵੀ ਬਲਦ ਦਾ ਸੀਨਾ ਭਾਰੀ ਮੈਂ ਇਹਦੀ ਪਿੱਠ ਭਾਰੀ ਮੂਹਰੋਂ ਨਹੀਂ ਮੈਂ ਭਾਰੀ ਹੋਣੀ ਚਾਹੀਦੀ ਠੀਕ ਹੈ ਤੇ ਤੋਰ ਦਵਾਰੇ ਮੂਹਰੋਂ ਨਾ ਮੈਂ ਇਸ ਭਾਰੀ ਹੋਵੇ ਮੂਹਰੋਂ ਪਤਲੀ ਪਿੱਛੋਂ ਚੌੜੀ ਹੈ ਮੂੰਹ ਦੇਖ ਲੈ ਕਿਹੋ ਜਿਹਾ ਹਾਂ ਆ ਚੀਜ਼ਾਂ ਹੁੰਦੀਆਂ ਨੇ ਇਧਰੋਂ ਦਿਖਾਈ ਬਾਈ ਥਣ ਦੇਖ ਬੰਦ ਜੀ ਬੰਦ ਹੋ ਬੰਦ ਹੋ ਲੈ ਕਬਾਈ ਲਵੇ ਹੋਰ ਬੂਰੀ ਚੌਪ ਦਾ ਨਗੀਨਾ ਕੁਛ ਨਹੀਂ ਹੈਗਾ ਰੇਟ ਰੂਟ ਕੀ ਕਰੂਗਾ ਲੈ ਗੋਆ ਕੱਢੀ ਉਸਤਾਨ ਹੋਵੇ ਗੱਡੀ ਇਹ ਹੈ ਜੀ ਆਪਣੀ ਗੱਬੜੀ ਵਿਕਦੀ ਹੋਵੇ ਕਿੰਨੀ ਦੇ ਦਾਂਗੇ ਜੇ ਤਾਂ ਬਾਈ ਆਪਣੀ ਗਰੰਟੀ ਤੇ ਆਈ ਹੈ ਸਾਰੀ ਕਿੰਨੇ ਦੀ ਏ ਪੀ ਯਾਰਾ ਜੇ ਤਾਂ ਸੂਗੀ ਸਵਾ ਕੇ ਕਿਸੇ ਨੂੰ 20 ਕਿਲੋ ਦੁੱਧ ਮਿਲ ਕੇ ਦਿੱਤਾ ਹਾਂਜੀ ਫਿਰ ਤਾਂ ਮੈਂ ਇਸ ਵੇਚਾਂਗੇ ਆਪਾਂ ਇਹ 1.5 ਲੱਖ ਦੀ ਅੱਛਾ ਮਤਲਬ ਕਿ ਜੇ ਗੱਬਣ ਵਿਕਦੀ ਹੈ ਗੱਬਣ ਆਪਾਂ ਮੈਂ ਵੇਚਾਂਗੇ 1.25 ਲੱਖ ਦੀ ਇੰਨਾ ਫਰਕ ਆ ਜਰਾ ਅਗਲਾ ਦੀ ਰਿਕਸ ਹੈ ਸਵਾ ਵੇਗਾ ਜੇ ਉਹ ਥਣਾ ਅਗਲਾ ਦੀ ਗਾਰੰਟੀ ਦੇ ਦਾਂਗੇ ਸਾਰੀ ਗਾਰੰਟੀ ਦੇ ਥਣਾ ਦੀ ਗਾਰੰਟੀ ਦੇ ਦਾਂਗੇ ਮਿੱਤਰੋ 1.5 ਲੱਖ ਵਾਲੀ ਮੈਂ ਚ ਚੱਕੋ 125 ਜਾ ਆ ਦੋ ਰਬੂਰੀ ਯਾਰ ਪਤਾ ਕਿ ਇਹ ਪੀ ਉਹ ਬਕਾਈ ਮਾਰੀ ਹੈ ਕੀ ਫਾਇਦਾ ਯਾਰ ਆਪਾਂ ਨੂੰ 5-4 ਹਜ਼ਾਰ ਬਣੇਗਾ ਸਵਾ ਵੇ ਨਾ ਨਾ ਠੀਕ ਜੇ ਬਈ 20 ਕਿਲੋ ਦੁੱਧ ਦੇਣਾ ਨਾ ਨਾ ਠੀਕ ਹੈ ਫਿਰ ਮੈਂ 170 ਕੀ ਵੇਚ ਸਕਦਾ ਨਾ ਜੰਗਾੜ ਵਾਲਾ ਡਾ ਮੈਂ ਮਿਲਦੀ ਨਹੀਂ ਸੂਆ ਤਾਂ ਹੋਊ ਇਹ ਦੂਜਾ ਕਿ ਤੀਜਾ ਤੀਜਾ ਸੂਆ ਤੀਜਾ ਸੂਆ ਸੂਗੀ ਉਹ ਦੱਸਿਆ ਕੁਛ ਕਿੰਨਾ ਕਿ ਦੁੱਧ ਕੱਢਿਆ ਦੂਜੇ 20 ਬਾਈ ਅੱਛਾ ਜੀ 20 17 ਫਲੂ ਨੇ ਕੱਢੇ 20 ਲੀਟਰ ਵਾਲੀ ਮੈਂ ਐਸਾ ਟੱਪਦੀ ਆ ਬਈ 2 ਲੱਖ ਤੋਂ ਇਹਦਾ ਗੱਲ ਹੋਣੀ ਜੇ 20 ਮਿੰਟ ਦੇ ਯਾਰ ਆਪਾਂ ਤੇਰੀ ਡੇਢ ਵੀ ਟੱਪਾ ਦਾਂਗੇ ਕੋਈ ਚੱਕਰ ਮਿਣਾਂਗੇ ਤਾਂ ਹੈਗੇ ਬਈ ਆਪਾਂ ਚਲ ਆਏ ਆ ਵੀ ਕਿਸੇ ਭਾਈ ਨੂੰ ਗੱਬੜ ਵੀ ਦੇ ਦਾਂਗੇ ਆਹਾ ਤੋਰ ਅੱਗੇ ਕਿਸੇ ਵੇਚਣ ਨੂੰ ਲੈਣੀ ਹੋਵੇ ਉਹਨੂੰ ਆ ਵੀ ਚੰਗਾ ਯਾਰ ਨਗੀਨਾ ਹਨਾ ਅਸਲੇ ਆ ਬਾਈ ਬੂਰੀ ਆ ਜੀ ਕਾਲੀ ਬੂਰੀ ਆ ਸੁਥਰੀ ਬਹੁਤ ਆ ਅਰੇ ਸੁਣਦੀ ਦੀ ਇੱਕ ਹਫਤਾ ਥੱਲੋਂ ਪੱਧਰੀ ਆ ਬੂਰੀ ਆ ਵੀ ਮੈਂ ਤੁੰਗ ਦਾ ਪਾਰੇ ਨਾਮ ਮੈਂ ਬੰਨ ਨਹੀਂ ਕਾਲੇ ਮੋੜ ਲਿਆ ਬ੍ਰੀਕਰ ਦਾ ਵਾਲਾ ਕੰਮ ਕਰ ਤੂੰ ਇੱਥੇ ਦੱਲੋ ਨਾ ਥੱਲਾ ਡਾਲ ਪੂਰੀ ਖੁੱਲੀ ਬਸ ਇਹਨਾਂ ਨੇ ਪਾਣੀ ਬਣਾ ਲੈ ਬੀਬੀ ਅਰੇ ਕੱਢੂ 5-7 ਦਿਨ ਹਨਾ ਹਫਤਾ ਨਹੀਂ ਹੁੰਦੀ ਹੈ ਹਫਤਾ जे किसी ने बूरी लैनी है ऊट पटांग मारी जा कोई फायदा नहीं है मैं इसका मुल करो उस तरह भी जिन्हें रुपये बटने बिच बहुत बंदे वीडियो पावे मैं इसके 70 की मांगी जाए 2 लाख रुपये ना ना ठीक है सही जा मंगो यार सही मंगो कमेंटा में कोई कमेंटा में बंदा दसेगा तेन जो अपनी मैच में कोई पता काट दे जाखल शहर पैंदा मेनू जिला संगरूर नंबर है मेरा 98784-4715-18 बाकी मझां दस देनिया की चीज है आपकी फलवाड़ी जो कहना आपकी मझा की फलवाड़ी जो चंगी कोई नसल से कम करना है
ਝੋਟੀਆਂ ਬਾਈ ਲਵੇ ਚੰਗੀਆਂ ਨੇ ਬਾਕੀ ਝੋਟੀਆਂ ਨਾ ਨਾ ਚੰਗੀ ਆ ਬਾਈ ਯਾਰ ਬਾਕੀ ਚੰਗੀ ਤੋਂ ਚੰਗੀ ਝੋਟੀ ਬਾਈ ਲਵੇ ਨਿੱਤ ਨਵੀਂ ਹੁੰਦੀ ਹੈ ਕੱਲ ਅੱਜ ਕੁਛ ਹੋਰ ਹੈ ਕੱਲ ਨੂੰ ਹੋਰ ਹੈ ਇਹ ਮੰਜਾਂ ਵਗ ਜਾਣਗੀਆਂ ਹੋਰ ਆ ਜਾਣਗੀਆਂ ਚੰਗੀ ਝੋਟੀ ਖਰੀਦਣ ਲਈ ਤੁਸੀਂ ਇਹ ਬਾਈ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਬਾਕੀ ਇੱਕ ਗੱਲ ਤੁਹਾਨੂੰ ਫੇਰ ਬੇਨਤੀ ਕਰਦਾ ਬਾਈ ਲੇਟ ਨਾ ਹੋ ਜਾਓ ਹੈ ਆਪਦਾ ਫੋਨ ਲਾ ਕੇ ਸੌਦਾ ਮੁਕਾ ਕੇ ਜਲਦੀ ਤੋਂ ਜਲਦੀ ਉਹਦਾ ਕਹਿਣਾ ਫਿਜੋ ਵਿਕ ਜਾਂਦੀ ਹੈ ਚੀਜ਼ ਬਾਈ ਉਹ ਆਪਾਂ ਕਿਸੇ ਤੋਂ ਆਪਾਂ ਖੋ ਨਹੀਂ ਸਕਦੇ ਕਿਉਂਕਿ ਕਿਸੇ ਨੇ ਘਰੇ ਰੱਖਣ ਵਾਸਤੇ ਲੈਤੀ ਹੁੰਦੀ ਹੈ ਜੇ ਕੋਈ ਵਪਾਰੀ ਹੁੰਦਾ ਉਹ ਤੋਂ ਆਪਾਂ ਨਫੇ ਨਾਲ ਲੈ ਸਕਦੇ ਹਾਂ ਠੀਕ ਹੈ ਜੀ ਮਿੱਤਰੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਕੁਛ